ਅਤੇ ਬਲਜਿੰਦਰ ਸਿੰਘ ਜੀ ਉਹਨਾਂ ਨੇ ਬੜਾ ਕੁਝ ਲੱਭ ਲਿਆ। ਅਜੇ ਜਿੱਤ ਸਾਡੀ ਹੋਣੀ ਹੈ, ਫਿਰ ਤਾਂ ਬੜੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ ਜਿੱਦਣ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਇੱਕ ਪਿੰਡ ਦੇ ਵਿੱਚ ਇੱਕ ਬੜਾ ਵੈਰ ਸੀ, ਗੋਲੀ ਚੱਲਦੀ ਰਹਿੰਦੀ ਸੀ ਨਿੱਤ, ਸਿਆਸਤ ਪਿੱਛੇ ਜ਼ਮੀਨ ਪਿੱਛੇ ਬੜੀ ਲੜਾਈ ਹੁੰਦੀ ਰਹਿੰਦੀ ਸੀ। ਇੱਕ ਭਰਾ ਨੇ ਦਿਲ ਕੱਢਿਆ, ਉਹਨੇ ਕਿਹਾ ਦੂਜੇ ਨੂੰ ਜਿਹਦੇ ਨਾਲ ਦੁਸ਼ਮਣੀ ਸੀ ਉਹਨੇ ਆਵਾਜ਼ ਮਾਰੀ ਫਲਾਣਾ ਸਿਆਂ, ਉਹ ਛੱਡ ਗਏ ਆਪਾਂ ਨਿੱਜੀ ਵੈਰ ਜਿਹੜੇ ਨੇ, ਕਿਉਂਕਿ ਨਿੱਜੀ ਹਿੱਤਾਂ ਦੀ ਖਾਤਰ ਆਮ ਦੁਨੀਆ ਮਰਦੀ ਹੈ, ਕਤਲ ਹੋ ਜਾਂਦੇ ਨੇ, ਜੇਲ੍ਹਾਂ ਕੱਟੀਆਂ ਜਾਂਦੀਆਂ ਨੇ। ਦੇਸ਼ ਕੌਮ ਸਮਾਜ ਧਰਮ ਇਹਨਾਂ ਬਦਲੇ ਸੂਰਮੇ ਬਹਾਦਰ ਹੀ ਜਾਨਾਂ ਦਿੰਦੇ ਨੇ ਅਤੇ ਸੂਰਮੇ ਬਹਾਦਰ ਹੀ ਇਹ ਲੜਾਈਆਂ ਲੜਦੇ ਨੇ। ਜਿਹੜੀਆਂ ਨਿੱਜੀ ਹਿੱਤਾਂ ਦੀਆਂ ਲੜਾਈਆਂ ਇਹ ਸਾਰੀ ਦੁਨੀਆ ਲੜਦੀ ਮਰਦੀ ਹੈ। ਆਪਣੀ ਪੰਡ ਚੁੱਕਣੀ, ਕਿਸੇ ਸ਼ਹਿਰ ਨੇ ਆਖਿਆ ਬੜੀ ਸੌਖੀ ਆ, ਕਿਸੇ ਦੀ ਪੰਡ ਚੁੱਕਣੀ ਬੜੀ ਔਖੀ ਆ। ਸੋ ਆਓ ਉਹ ਕੀ ਗੱਲਾਂ ਕਰਦੇ ਨੇ ਆਪਸ ਵਿੱਚ, ਇੱਕ ਭਰਾ ਜਿਹਦੇ ਨਾਲ ਉਹਦਾ ਵੈਰ ਵਿਰੋਧਿਆਂ ਨੂੰ ਕੀ ਕਹਿੰਦਾ ਹੈ, ਕਵਿਤਾ ਦਾ ਰੂਪ ਦਿੱਤਾ ਹੈ। ਉਹ ਕਹਿੰਦਾ ਛੱਡ ਝਗੜੇ ਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਆ ਜਾ ਆਪਾਂ ਦਿੱਲੀ ਚੱਲੀਏ। ਆ ਜਾਓ ਬਲਜਿੰਦਰ ਸਿੰਘ ਜੀ, ਹੋ ਵੋਟਾਂ ਦੇ ਪਿੱਛੇ ਅਸਾਂ ਬੜਾ ਖੈਲਿਆ, ਉਜੜ ਗਿਆ ਖੁਦ ਦੱਸ ਕੀ ਲੈ ਲਿਆ, ਉਜੜ ਗਏ ਖੁਦ ਦੱਸ ਕੀ ਲੈ ਲਿਆ, ਹੋ ਮਾਰਦੀ ਹੈ ਮੇਣੇ ਕਣਕ ਦੀ ਬੱਲੀਏ, ਛੱਡ ਝਗੜੇ ਹੋਇਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਹੋ ਪਾ ਕੇ ਰੱਖੀ ਸਾਡੇ ਵਿੱਚ ਵੰਡ ਵੈਰੀਆਂ, ਉਹ ਲੁੱਟ ਲਿਆ ਸਾਨੂੰ ਥਾਣਿਆਂ ਕਚਹਿਰੀਆਂ, ਉਹ ਲੁੱਟ ਲਿਆ ਸਾਨੂੰ ਥਾਣੇ ਕਚਹਿਰੀਆਂ, ਉਹ ਰੁਣਦੀ ਬੱਸਾਂ ਚ ਹੋਈ ਜਿੰਦ ਚੱਲੀਏ, ਛੱਡ ਝਗੜੇ ਤੇ ਆ ਜਾ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਹੋ ਪੈਂਦੀਆਂ ਤਰੀਕਾਂ ਕਿੰਨਾ ਟਾਈਮ ਖਾੜਿਆ, ਹੋ ਕਚਹਿਰੀਆਂ ਚ ਰੰਗ ਵਾਲਾਂ ਨੇ ਵਟਾਲਿਆ, ਕਚਹਿਰੀਆਂ ਚ ਰੰਗ ਵਾਲਾਂ ਨੇ ਵਟਾਲਿਆ, ਹੋ ਸੈਂਟਰ ਚ ਕੁੱਤੀ ਚੋਰ ਨਾਲ ਰਲੀਏ, ਛੱਡ ਝਗੜੇ ਤੇ ਆ ਜਾ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਹੋ ਜੰਗ ਦਿੱਲੀ ਵਿੱਚ ਵੱਡੀ ਇਹ ਗੱਲਾਂ ਛੋਟੀਆਂ, ਹੋ ਖੋ ਲੈਣਗੇ ਹੱਥਾਂ ਵਿੱਚੋਂ ਸਾਡੇ ਰੋਟੀਆਂ, ਖੋ ਲੈਣਗੇ ਹੱਥਾਂ ਵਿੱਚੋਂ ਸਾਡੇ ਰੋਟੀਆਂ, ਹੋ ਲੀਡਰ ਆਇਆ ਠਾਉਣ ਲੀਡਰ ਆਇਆ ਅਡਾਉਣ, ਪਿੱਠ ਪਿੱਛੇ ਖੱਲੀਏ, ਛੱਡ ਝਗੜੇ ਤੇ ਆ ਜਾ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਹੋ ਧਿਆਨ ਨਾਲ ਸੁਣ ਯਾਰਾ ਗੱਲਾਂ ਮੇਰੀਆਂ, ਨਾ ਛੁੱਟਣ ਜ਼ਮੀਨਾਂ ਹਾਕਮਾਂ ਜੇ ਘੇਰੀਆਂ, ਨਾ ਛੁੱਟਣ ਜ਼ਮੀਨਾਂ ਹਾਕਮਾਂ ਜੇ ਘੇਰੀਆਂ, ਉਹ ਦੁੱਧ ਦੀ ਹੋ ਰਾਖੀ ਆਣ ਬੈਠੀ ਬਿੱਲੀਏ, ਛੱਡ ਝਗੜੇ ਤੇ ਆ ਜਾ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ, ਛੱਡ ਝਗੜੇ ਤੇ ਆ ਜਾ ਆਪਾਂ ਦਿੱਲੀ ਚੱਲੀਏ।
ओ भुखी सरकार हुण साडी खल दी ओ तेरी साडी भवें रही गोली चल दी ओ तेरी साडी भवें रही गोली चल दी ओ चौधरां दी भुख चौधरां दी भुख कर देनी ढिली छड़ झगड़े ते आ जा दिल्ली चलिए साड झगड़े ते आ जा आपां दिल्ली चलिए साड झगड़े ते आ जा आपां दिल्ली चलिए और रख दईए पेटियां दे विच रफला और रख दईए पेटियां दे विच रफला मिल के बचाइए आप आ जा फसला मिल के बचाइए आप आ जा नसला असली जो वैरी असली जो वैरी उस नू दबलिए छड झगड़े ते आ जा दिल्ली चलिए साडे झगड़े ते आ जा आप दिल्ली चलिए साडे झगड़े ते आ जा आप दिल्ली चलिए ओ मलकी ते सारे पंचा धर्म झंडे गाड ते ओ धन बंदे जिन्ना निजी वैर छड ते धन बंदे जिन्ना निजी वैर छड ते ओ मरदा दे वांगर मरदा दे वांगर मैदान मलिए छड झगड़े ते आ जा आप दिल्ली चलिए छड झगड़े ते आ जा आप दिल्ली चलिए छड झगड़े ते आ जा आप दिल्ली चलिए सत श्री अकाल श्री अकाल। हाँ जी छड झगड़े दे आ जा आप दिल्ली चलिए। गुरु पातशाह कृपा करन हर एक पिंड लई अरदास है हर एक अरदास घर लई अरदास है पातशाह निजी वैर विरोध खत्म कर दें सारे साडे भरावां दे। इह जिहड़ी असली लड़ाई साडी हाकमां नाल हक्कां सचां दी उह लड़ाई लड़िए। अज ते कुछ बंदे उन्हां कहा तेरी इत्थे वट की जिथे बनदी उत्थे यार पाला तूं इह कि गल है वटां दी ਇਹ ਇੱਥੇ ਰਹਿ ਜਾਣੀਆਂ ਜੇ ਸਭ ਕੁਝ ਖੁੱਸ ਗਿਆ ਤਾਂ ਫਿਰ ਸਾਡੇ ਪੱਲੇ ਕੀ ਰਹਿ ਜਾਣਾ। ਹੁਣ ਦੂਜੀ ਗੱਲ ਕਰਦੇ ਹਾਂ ਜੀ ਆ ਪਿੱਛੇ ਸਾਡੇ ਭਰਾਵਾਂ ਨੇ ਕੁਝ ਇੱਟਾਂ ਲਿਆ ਕੇ ਉੱਥੇ ਕੁਝ ਆਪਣਾ ਰਹਿਣ ਬਸੇਰਾ ਬਣਾਇਆ ਅਤੇ ਸਰਕਾਰਾਂ ਨੂੰ ਬੜੀ ਚੁਭੀ ਉਹ ਗੱਲ। ਉਹਨਾਂ ਨੂੰ ਨੋਟਿਸ ਭੇਜਤੇ ਸਾਡੇ ਭਰਾਵਾਂ ਨੂੰ ਪਰਚੇ ਕੱਟ ਦਿੱਤੇ। ਡਰ ਨਹੀਂ ਕੋਈ ਚਲੋ ਸੰਯੁਕਤ ਮੋਰਚਾ ਸਾਡੇ ਨਾਲ ਨੇ ਸਾਰੇ ਕਿਉਂਕਿ ਅਸੀਂ ਕਿਹੜਾ ਕਬਜ਼ਾ ਕਰਨ ਆਏ ਹਾਂ ਕਦੇ ਇੱਥੇ ਅਸੀਂ ਵੀ ਆਪਣੇ ਹੱਕ ਲੈਣ ਆਏ ਹਾਂ। ਜਿੱਦਣ ਸਾਡੇ ਹੱਕ ਮਿਲ ਗਏ ਇੱਟਾਂ ਅਸੀਂ ਇਹਨਾਂ ਹਾਕਮਾਂ ਨੂੰ ਛੱਡ ਜਾਣੀਆਂ ਕਿਤੇ ਪਿੰਡ ਥੋੜ੍ਹਾ ਖੜਨੀਆਂ ਨਾਲ। ਇਹੋ ਸਮੁੰਦਰ ਆ ਜਿੰਨਾ ਛਲ ਮਾਰੀ ਬੜੇ ਹੀਰੇ ਮੋਤੀ ਬਾਹਰ ਸੁੱਟ ਕੇ ਜਾਣੇ ਨੇ ਅਤੇ ਨਜ਼ਾਰੇ ਲੁੱਟਿਓ ਮਗਰ ਦਿੱਲੀ ਵਾਲਿਓ ਹੁਣ ਵੀ ਕਾਲ ਪੁਰਖ ਦੀ ਕਿਰਪਾ ਲੰਗਰ ਚੱਲ ਰਹੇ ਨੇ। ਸੋ ਜਿੱਦਣ ਖੱਟਰ ਨੇ ਉੱਥੇ ਖਾਈਆਂ ਪੁੱਟੀਆਂ ਉਦਣ ਕਿਹੜੇ ਕਾਨੂੰਨ ਕੋਲ ਮਨਜ਼ੂਰੀ ਲਈ ਉਹਨੇ ਕਿਉਂਕਿ ਕਾਨੂੰਨ ਤਾਂ ਸਭ ਲਈ ਇੱਕੋ ਹੀ ਆ ਨਾ। ਭਾਵੇਂ ਕੋਈ ਮੁੱਖ ਮੰਤਰੀ ਭਾਵੇਂ ਕੋਈ ਪ੍ਰਧਾਨ ਮੰਤਰੀ ਭਾਵੇਂ ਪਿੰਡ ਦਾ ਚੌਂਕੀਦਾਰ ਆ ਜਾਂ ਆਮ ਬੰਦਾ ਕਾਨੂੰਨ ਤਾਂ ਸਭ ਲਈ ਇੱਕੋ ਜਿਹਾ। ਇਹ ਥੋੜ੍ਹਾ ਵੀ ਜੇ ਉਹ ਮੁੱਖ ਮੰਤਰੀ ਜੋ ਮਨ ਮਰਜ਼ੀ ਕਰੇ ਸੜਕਾਂ ਪੁੱਟ ਦੇ ਰੋਕ ਦੇ ਅਤੇ ਉਹ ਖਾਈਆਂ ਪੁੱਟ ਦੇ ਸਾਡੇ ਪਿੱਛੇ ਕੰਕਰੀਟ ਦੀਆਂ ਜਿਹੜੀਆਂ ਕੰਧਾਂ ਕਰ ਦਿੱਤੀਆਂ ਕਿੱਲ ਗੜ ਦਿੱਤੇ ਨੇ ਸਾਨੂੰ ਦੱਸਣ ਕਿੱਥੋਂ ਮਨਜ਼ੂਰੀ ਲਈ ਇਹਨਾਂ ਨੇ। ਕਿਹੜੀ ਅਦਾਲਤ ਨੇ ਕਿਹਾ ਵੀ ਤੁਸੀਂ ਸੜਕਾਂ ਦੇ ਵਿੱਚ ਟੋਏ ਪੁੱਟੋ ਅਤੇ ਤੁਸੀਂ ਉੱਥੇ ਕੰਧਾਂ ਕਰ ਦਿਓ ਅਤੇ ਤੁਸੀਂ ਉੱਥੇ ਕਿੱਲ ਗੜ ਦਿਓ। ਜੇ ਇਹਨਾਂ ਕੋਲ ਮਨਜ਼ੂਰੀ ਹੈਗੀ ਆ ਕੋਈ ਫਿਰ ਸਾਡੇ ਸਾਰਿਆਂ 'ਤੇ ਕੇਸ ਕਰ ਦੇਣ ਕੋਈ ਗੱਲ ਨਹੀਂ ਝਾਲਣਾਂਗੇ ਆਪੇ ਹੀ। ਸੋ ਹਾਕਮਾਂ ਨੂੰ ਆਪ ਸਰਕਾਰੇ ਤੂੰ ਕੰਧਾਂ ਕੀਤੀਆਂ ਸਾਡੇ ਵਾਰੀ ਗਈਆਂ ਕਿਉਂ ਬਦਲ ਨੀਤੀਆਂ। ਆਪ ਸਰਕਾਰੇ ਤੂੰ ਕੰਧਾਂ ਕੀਤੀਆਂ ਸਾਡੀ ਵਾਰੀ ਕਿਉਂ ਗਈਆਂ ਬਦਲ ਨੀਤੀਆਂ। ਕਿੱਥੋਂ ਮਿਲੀ ਮਨਜ਼ੂਰੀ।